ਤੁਸੀਂ ਅਕਸਰ ਮੇਰੀਆਂ ਵੀਡੀਓ ਵਿੱਚ ਸੁਣਿਆ ਹੋਵੇਗਾ ਕਿ ਮੋਟਾਪਾ ਹੈ ਜੋ ਉਹ ਦੋ ਪ੍ਰਕਾਰ ਦਾ ਹੁੰਦਾ। ਪਹਿਲੀ ਪ੍ਰਕਾਰ ਦਾ ਜੋ ਮੋਟਾਪਾ ਹੈ ਉਹ ਪਾਣੀ ਵਾਲਾ ਮੋਟਾਪਾ ਹੁੰਦਾ, ਯਾਨੀ ਵਾਟਰ ਟੈਂਸ਼ਨ ਵਾਲਾ ਮੋਟਾਪਾ, ਉਡੀਮਾ ਵਾਲਾ ਮੋਟਾਪਾ। ਦੂਸਰਾ ਮੋਟਾਪਾ ਹੈ ਜੋ ਉਹ ਫੈਟ ਵਾਲਾ ਮੋਟਾਪਾ ਹੁੰਦਾ। ਪਰ ਇਹ ਜੋ ਫੈਟ ਵਾਲਾ ਮੋਟਾਪਾ ਹੈ ਇਹ ਅੱਗੇ ਦੋ ਪ੍ਰਕਾਰ ਦਾ ਹੁੰਦਾ, ਅਤੇ ਇਹ ਫੈਟ ਵਾਲੇ ਮੋਟਾਪੇ ਵਿੱਚੋਂ ਜੋ ਇੱਕ ਕਿਸਮ ਹੈ ਇਹ ਕੋਈ ਜ਼ਿਆਦਾ ਖਤਰਨਾਕ ਨਹੀਂ ਹੁੰਦੀ, ਪਰ ਜੋ ਦੂਸਰੀ ਕਿਸਮ ਹੈ ਫੈਟ ਵਾਲੇ ਮੋਟਾਪੇ ਦੀ, ਇਹ ਸਭ ਤੋਂ ਵੱਧ ਜੋ ਬਿਮਾਰੀਆਂ ਮੋਟਾਪੇ ਕਾਰਨ ਲੱਗਦੀਆਂ ਉਹਨਾਂ ਦਾ ਕਾਰਨ ਇਹ ਦੂਸਰੀ ਕਿਸਮ ਦਾ ਮੋਟਾਪਾ ਹੀ ਹੁੰਦਾ। ਤਾਂ ਅੱਜ ਅਸੀਂ ਸਿਰਫ ਫੈਟ ਵਾਲੇ ਦੋ ਪ੍ਰਕਾਰ ਦੇ ਮੋਟਾਪੇ ਦੀ ਗੱਲ ਕਰਾਂਗੇ ਵਿਸਥਾਰ ਨਾਲ। ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਮੱਲੀ, ਹੈਲਥ ਗੁਰੂ। ਤਾਂ ਇਹ ਜੋ ਫੈਟ ਵਾਲਾ ਮੋਟਾਪਾ, ਦੋ ਤਰ੍ਹਾਂ ਦਾ ਮੋਟਾਪਾ ਹੈ ਜੋ, ਇਸ ਨੂੰ ਅਸੀਂ ਬਾਹਰੀ ਮੋਟਾਪਾ ਅਤੇ ਅੰਦਰੂਨੀ ਮੋਟਾਪਾ ਕਹਾਂਗੇ। ਇਹ ਜੋ ਬਾਹਰੀ ਅਤੇ ਅੰਦਰੂਨੀ ਸ਼ਬਦ ਹੈ ਇਹ ਦੋਨੋਂ ਪ੍ਰਕਾਰ ਦੇ ਮੋਟਾਪੇ ਲਈ ਪੂਰੀ ਤਰ੍ਹਾਂ ਸਾਰਥਕ ਹੈ, ਬਿਲਕੁਲ ਸਹੀ ਹੈ। ਇਹ ਜੋ ਬਾਹਰੀ ਮੋਟਾਪਾ ਹੈ ਇਹ ਸਾਡੀ ਚਮੜੀ ਥੱਲੇ ਜੋ ਮੋਟਾਪਾ ਹੈ ਉਹ ਮੋਟਾਪਾ ਹੁੰਦਾ ਜੋ ਸਾਨੂੰ ਦੱਸਦਾ। ਇਸ ਨੂੰ ਸਬ ਕਿਊ ਮੋਟਾਪਾ ਜਾਂ ਸਬ ਕਿਊ ਫੈਟ ਜਾਂ ਸਬ ਕੰਟੀਨਿਊਸ ਫੈਟ ਕਿਹਾ ਜਾਂਦਾ। ਹੋ ਸਕਦਾ ਥੋੜ੍ਹਾ ਮੈਂ ਗਲਤ ਉਚਾਰਨ ਕੀਤਾ ਹੋਵੇ। ਦੂਸਰੀ ਕਿਸਮ ਦਾ ਜੋ ਮੋਟਾਪਾ ਉਹ ਵਿਜ਼ਰਲ ਮੋਟਾਪਾ, ਅੰਦਰੂਨੀ ਮੋਟਾਪਾ, ਜੋ ਸਾਡੇ ਅੰਦਰੂਨੀ ਅੰਗਾਂ ਦੇ ਵਿੱਚ ਅਤੇ ਅੰਦਰੂਨੀ ਅੰਗਾਂ ਦੇ ਆਸ ਪਾਸ ਜਮ੍ਹਾਂ ਹੋਈ ਚਰਬੀ ਨਾਲ ਪੈਦਾ ਹੋਇਆ ਮੋਟਾਪਾ ਹੁੰਦਾ। ਇਹ ਜੋ ਬਾਹਰੀ ਮੋਟਾਪਾ ਇਹ ਜ਼ਿਆਦਾ ਖਤਰਨਾਕ ਨਹੀਂ ਹੁੰਦਾ, ਦੇਖਣ ਵਿੱਚ ਥੋੜ੍ਹਾ ਤੁਸੀਂ ਕਹਿ ਸਕਦੇ ਹੋ ਕਿ ਸੁੰਦਰਤਾ ਵਿੱਚ ਥੋੜ੍ਹਾ ਇਹ ਰੁਕਾਵਟ ਪੈਦਾ ਕਰਦਾ, ਮਨੁੱਖ ਸੁੰਦਰ ਨਹੀਂ ਲੱਗਦਾ, ਵੇਖਣ ਵਿੱਚ ਸੋਹਣਾ ਨਹੀਂ ਲੱਗਦਾ ਕਹਿ ਸਕਦੇ ਹੋ ਤੁਸੀਂ, ਪਰ ਇਹ ਜ਼ਿਆਦਾ ਖਤਰਨਾਕ ਨਹੀਂ ਹੁੰਦਾ। ਮੈਂ ਇੱਕ ਅਜਿਹੇ ਕਲਾਇੰਟ ਦੇ ਜੋ ਟੈਸਟ ਕਰਾਏ ਸਨ, ਜੋ ਮੁੱਖ ਟੈਸਟ ਕਰਾਉਣਾ ਹੁੰਦਾ ਮੈਂ, ਲੀਵਰ ਫੰਕਸ਼ਨ ਟੈਸਟ, ਲਿਪਿਡ ਪ੍ਰੋਫਾਈਲ, ਥਾਈਰਾਇਡ ਟੈਸਟ ਅਤੇ HbA1c ਟੈਸਟ। ਤਾਂ ਮੇਰਾ ਉਹ ਜੋ ਕਲਾਇੰਟ ਸੀ ਪੂਰੇ 1.5 ਕੁਇੰਟਲ ਦਾ ਸੀ ਅਤੇ ਉਸ ਦੇ ਜੋ ਸਾਰੇ ਦੇ ਸਾਰੇ ਟੈਸਟ ਹੈ ਨੋਰਮਲ ਆਏ ਸਨ। ਅਤੇ ਕੁਝ ਮੇਰੇ ਕਲਾਇੰਟ ਅਜਿਹੇ ਹੁੰਦੇ ਆ ਜਿਹੜੇ ਬਿਲਕੁਲ ਸਕਿੰਨੀ ਆ, ਜਿਨ੍ਹਾਂ ਦਾ ਸਿਰਫ ਪੇਟ ਵਧਿਆ ਹੋਇਆ, ਤਾਂ ਉਹਨਾਂ ਵਿੱਚ ਇਹ ਸਾਰੇ ਦੇ ਸਾਰੇ ਜੋ ਟੈਸਟ ਹੈ ਇਹ ਨੋਰਮਲ ਤੋਂ ਕਿਤੇ ਜ਼ਿਆਦਾ ਆਉਂਦੇ ਆ, ਕਦੇ ਕਿਤੇ ਖਤਰਨਾਕ ਹੱਦ ਤੱਕ ਜੋ ਵਧੇ ਹੋਏ ਪਾਏ ਜਾਂਦੇ ਆ, ਥਾਈਰਾਇਡ, ਜੋ THS ਵਗੈਰਾ ਅਤੇ ਟ੍ਰਾਈਗਲੈਸਰਾਈਡ, ਕੋਲੈਸਟਰੋਲ ਵਗੈਰਾ, ਸ਼ੂਗਰ ਵਗੈਰਾ, HbA1c ਵਗੈਰਾ। ਤਾਂ ਇਸ ਤਰ੍ਹਾਂ ਇਹ ਜੋ ਬਾਹਰੀ ਮੋਟਾਪਾ ਸਾਡੇ ਲੋਕਾਂ ਦੀ ਨਜ਼ਰ ਵਿੱਚ ਸਿਰਫ ਇਹ ਹੁੰਦਾ, ਇਹੀ ਉਹਨਾਂ ਦੀ ਨਜ਼ਰ 'ਚ ਆਉਂਦਾ, ਹਾਲਾਂਕਿ ਇਹ ਕੋਈ ਬਹੁਤਾ ਨੁਕਸਾਨ ਨਹੀਂ ਕਰਦਾ, ਪਰ ਜੋ ਅੰਦਰੂਨੀ ਮੋਟਾਪਾ ਜਿਸ ਤੋਂ ਸਾਡੇ ਲੋਕ ਬਿਲਕੁਲ ਅਣਜਾਣ ਹੀ ਰਹਿੰਦੇ ਆ, ਬਿਮਾਰੀਆਂ ਅਸਲ ਵਿੱਚ ਉਹੀ ਮੋਟਾਪਾ ਲਾਉਂਦਾ। ਤਾਂ ਅਜਿਹਾ ਕਿਉਂ ਹੁੰਦਾ, ਕਿਵੇਂ ਹੁੰਦਾ ਕਿ ਬਾਹਰੀ ਮੋਟਾਪਾ ਸਾਨੂੰ ਕੁਝ ਨਹੀਂ ਕਰਦਾ ਪਰ ਅੰਦਰੂਨੀ ਮੋਟਾਪਾ, ਚਾਹੇ ਬਹੁਤ ਥੋੜ੍ਹਾ ਹੋਵੇ, ਉਹ ਦਿਲ ਦੀਆਂ ਬਿਮਾਰੀਆਂ, ਫੈਟੀ ਲੀਵਰ ਵਰਗੀਆਂ ਮੁਸ਼ਕਲਾਂ ਦਾ ਕਾਰਨ ਬਣ ਜਾਂਦਾ। ਇਸ ਲਈ ਅਸੀਂ ਬੜੀ ਆਸਾਨ ਜੀ ਉਦਾਹਰਣ ਲੈਂਦੇ ਹਾਂ ਕਿ ਤੁਸੀਂ ਫੈਟ ਨੂੰ ਇੱਟਾਂ ਮੰਨ ਲਓ, ਜੇ ਤੁਹਾਡੇ ਕੋਲ ਵਾਧੂ ਇੱਟਾਂ ਜਾਂ ਤੁਹਾਡੇ ਕੋਲ ਵਾਧੂ ਫੈਟ ਹੈ ਤਾਂ ਤੁਸੀਂ ਉਹ ਆਪਣੇ ਸਰੀਰ ਦੇ ਉੱਪਰ ਜਮ੍ਹਾਂ ਕੀਤੀ। ਇਸੇ ਪ੍ਰਕਾਰ ਜੇ ਤੁਹਾਡੇ ਕੋਲ ਵਾਧੂ ਇੱਟਾਂ ਉਹ ਤੁਸੀਂ ਆਪਣੇ ਜੋ ਚਾਰ ਦੀਵਾਰੀ ਹੈ ਉਸ ਦੇ ਦਾਲੀ ਕੰਧ ਨੂੰ ਦੂਰੀ ਕਰ ਦਿੱਤਾ, ਤੀਰੀ ਕਰ ਦਿੱਤਾ, ਤਾਂ ਇਸ ਤਰ੍ਹਾਂ ਤੁਹਾਡੀ ਕੰਧ ਥੋੜ੍ਹੀ ਮਜ਼ਬੂਤ ਹੋ ਗਈ। ਹਾਂ, ਦੇਖਣ ਵਿੱਚ ਹੋ ਸਕਦਾ ਉਹ ਜ਼ਿਆਦਾ ਸੁੰਦਰ ਨਾ ਲੱਗੇ, ਸੋਹਣੀ ਨਾ ਲੱਗੇ। ਇਸੇ ਪ੍ਰਕਾਰ ਇਹ ਜੋ ਫੈਟ ਹੈ, ਜੋ ਬਾਹਰਲੀ ਫੈਟ ਆ, ਬਾਹਰਲਾ ਮੋਟਾਪਾ ਹੈ ਜੋ, ਇਹ ਕੁਝ ਸਹੂਲਤਾਂ ਵੀ ਦਿੰਦਾ, ਇਹ ਇੱਕ ਤਰ੍ਹਾਂ ਦਾ ਕੁਸ਼ਨ ਪੈਦਾ ਕਰਦਾ, ਟੈਂਪਰੇਚਰ ਉੱਪਰ ਜ਼ਿਆਦਾ ਕਾਬੂ ਕਰਦਾ, ਅਤੇ ਇਸ ਦਾ ਕੋਈ ਨੁਕਸਾਨ ਨਹੀਂ। ਇਹ ਥੋੜ੍ਹੀ ਮਜ਼ਬੂਤੀ ਕਹਿ ਸਕਦੇ ਹੋ ਤੁਸੀਂ ਕਿ ਜੇ ਕੋਈ ਥੋੜ੍ਹੇ ਘੱਟ ਫੈਟ ਵਾਲਾ ਮਨੁੱਖ ਡਿੱਗਦਾ ਤਾਂ ਉਸਨੂੰ ਜ਼ਿਆਦਾ ਚੋਟ ਲੱਗਣ ਦਾ ਖਤਰਾ, ਥੋੜ੍ਹੀ ਫੈਟ ਵਾਲਾ ਮਨੁੱਖ ਡਿੱਗਦਾ ਤਾਂ ਮੁਕਾਬਲਤਨ ਉਸ ਨੂੰ ਘੱਟ ਚੋਟ ਲੱਗਣ ਦਾ ਖਤਰਾ। ਅਤੇ ਦੂਸਰਾ ਆਪਸ਼ਨ ਇਹ ਹੈ ਕਿ ਤੁਸੀਂ ਫੈਟ ਨੂੰ ਅੰਦਰੂਨੀ ਅੰਗਾਂ ਵਿੱਚ ਜਮ੍ਹਾਂ ਕਰੋ, ਸਟੋਰ ਕਰੋ, ਜਾਂ ਤੁਸੀਂ ਇੱਟਾਂ ਨੂੰ ਆਪਣੇ ਘਰ ਦੇ ਕਮਰਿਆਂ ਵਿੱਚ ਚੈਨਾ ਸ਼ੁਰੂ ਕਰ ਦਿਓ, ਦੀਵਾਰਾਂ ਬਣਾ ਕੇ ਛੋਟੀਆਂ ਛੋਟੀਆਂ, ਤਾਂ ਤੁਹਾਨੂੰ ਜੋ ਕਮਰੇ ਦੇ ਅੰਦਰ ਜੋ ਤੁਸੀਂ ਇੱਟਾਂ ਚਿਣੀਆਂ
चाहे तुसी किसी भी उन्होंने उस रूप में चुनते हो, वो थोड़ी जो दिनचर्या उस रुकावट बन गई, वह वार वार थोड़े पैरों में हाथों में थोड़े शरीर में वजन गिया अते थोड़े चोट पैदा चोट लाउन गिया थानू। इस प्रकार ये जो अंदरूनी मोटापा ये साढ़े अंगों में जमा हो जाता, खून की सप्लाई में रुकावट करता, अंगों उपर बोझ बनता, लीवर अपना काम चंगी तरह नहीं कर पाता। इस प्रकार होर जो अंग है जिस भी ये फैट जमा हो जाती है वह चंगे ढंग काम नहीं कर पाती। तो इस तरह तुसी समझ गए होवोगे कि जो अंदरूनी मोटापा उ बीमारियां लाता, बाहरी मोटापा आम तौर पर कोई बीमारी नहीं लाता। हाँ कुछ मुश्किल बिना शक इस नाल भी होंदिया, पर जो दिल न संबंधित ज होर गंभीर बीमारियां वह अंदरूनी मोटापे कारण ही होंदिया, ये गल तुहानू समझनी पैणी। तो हुण पता किवें कीता जावे कि साडा जो मोटापा है अंदरूनी मोटापा है जां बाहरी। तो इस दियां ना कुछ आसान जिहां सिद्धियां सिद्धियां जिहां टैक्नीक है। एक जो मेरा अपना तजर्ब है कि जे तुहानू अंदरूनी मोटापा ते तुहाडा पेट वध्या होया तां तुसी जे लेटदे हो, तुसी किसे जिम विच तुसी बेंच उपर लेटदे हो तां तुहाडा पेट बाहर नू रहिंदा। जे तुहाडा मोटापा जो बाहरी मोटापा है तां जदों तुसी लेटदे हो तां तुहाडा पेट है जो वह अंदर नू चला जांदा। ये पूरी तरह सही नहीं ये तकनीक, पर काफ़ी हद तक ये जो ढंग है अंदरूनी मोटापा पछाणन दा ये कामयाब है ज़्यादातर मामलों में। दूसरा ढंग है कि जे तुसी बिल्कुल पतले हो, बिल्कुल पतला शरीर है तुहाडा पर तुहाडा पेट काफ़ी वध्या होया तो बहुत ज़्यादा चांस है कि तुसी अंदरूनी मोटापे का शिकार हो, फिर ही तुहाडा पेट वध्या। तीसरा एक ढंग है कि जे तुहाडा पेट भी नहीं ज़्यादा वध्या होया, पूरे शरीर ते मोटापा है अते जां तुसी लीन हो पेट भी नहीं वध्या, फिर भी तुसी जानना चाहते हो कि तुहानू अंदरूनी मोटापा तो नहीं, तो तुसी पेट नू अंदर खिचो। तो जिमें बॉडी बिल्डर एक वैक्यूम पोज मारते हैं उस तरह पोज मार के वेखो जिमें तुसी तस्वीर में देख रहे हो फ्रैंक जैन नू। तो जे तुसी ये वैक्यूम पोज मार लेंदे हो आसानी नाल तां तुहाडे तुहाडे अंदरूनी मोटापा वो नहीं, अते जे तुहानू ये पेट नू अंदर खिचन विच मुश्किल हो रही है वैक्यूम पोज तुसी नहीं मार पा रहे तां बिना शक तुसी अंदरूनी मोटापे का शिकार हो, तुसी अंदरूनी तौर पर मोटे हो। तो अजिहा क्यों हुंदा कि कुछ लोगों में अंदरूनी मोटापा ज़्यादा हुंदा बाहरी मोटापा बिल्कुल नहीं हुंदा, अते कुछ लोगों में बाहरी मोटापा हुंदा पर अंदरूनी मोटापा बिल्कुल नहीं हुंदा। इस दा कारण यह है कि जिमें कि मैं 1.5 क्विंटल वाले अपने क्लाइंट की उदाहरण दिती, तो अजिहे लोगों में जो फैट सैल है जिस फैट जमा होनी है वह बहुत ज़्यादा होंगे है, उन्होंने चमड़ी के बाहर चमड़ी के थले शरीर के बाहर बहुत सारे फैट सैल होंगे है। तो जिनी भी उन्होंने वो ज़्यादा खाते हैं ज़्यादा फैट खाते हैं ज़्यादा कैलरीज खाते हैं तो वह सारी की सारी फैट उन्हां फैट सैल में जमा होंदी जाती है क्योंकि उत्थे वाधू जगह उन्होंने स्टोर करन लई, इसलिए उन्होंने अंदर फैट जमा करन दी जरूरत ही नहीं पैंदी। पर कुछ लोग जेनेटिकली लीन होंदे आ जो उन्हां विच ज़्यादा फैट सैल होंदे ही नहीं, वो जदों गलत डाइट लेंदे आ ज़्यादा कैलरीज लेंदे आ ज़्यादा मिठा मैदा ते उस तों बाद ज़्यादा फैट खाते हैं तो उन्होंने बाहरी तौर पर कोई भी ज़्यादा फैट सैल नहीं होंगे, जो थोड़े बहुते होंगे है फैट सैल वो बहुत जल्दी भर जाते हैं पर फिर भी वो खुराक उपर ध्यान नहीं देंगे। तो उस तो बाद जो वाधू फैट है उन्होंने खाधी जो उन्होंने शरीर को फैट स्टोर करनी पैनी है वह फिर शरीर अंदर अंदरूनी अंगा दुआले मजबूरी बस स्टोर करना शुरू कर दिता। तो अजिहे लोगों में लीन लोगों में ज़्यादातर अंदरूनी मोटापा होने का खतरा होंगे। हुण गल आउंदी है कि इस अंदरूनी खतरनाक मोटापे नूं घट किवें कीता जाए, तो बड़ी एक चंगी गल ये है कि ये जो अंदरूनी फैट है ये जमा भी बहुत जल्दी हुंदी है पर बर्न भी बहुत जल्दी हुंदी है। तो तुसी अंदरूनी बाहरी फैट अलग अलग ते बर्न करन लई कोई डाइट प्लान जां एक्सरसाइज नहीं करनी, तुसी बस फैट घटाउण दा सोचना। तो जदों तुसी एक चंगा डाइट प्लान बनाउंदे हो
ਚੰਗਾ ਟ੍ਰੇਨਿੰਗ ਪ੍ਰੋਗਰਾਮ ਇਸਤੇਮਾਲ ਕਰਦੇ ਹੋ ਅਤੇ ਤੁਹਾਡੇ ਸਰੀਰ ਉੱਪਰੋਂ ਫੈਟ ਘਟਣ ਲੱਗਦੀ ਹੈ, ਤਾਂ ਸਭ ਤੋਂ ਪਹਿਲਾਂ ਇਹ ਅੰਦਰੂਨੀ ਫੈਟ ਹੀ ਘਟਦੀ ਹੈ, ਕਿਉਂਕਿ ਇਹ ਅੰਦਰੂਨੀ ਜੋ ਫੈਟ ਹੈ ਇਹ ਮੈਟਾਬੋਲਿਕਲੀ ਬਹੁਤ ਐਕਟਿਵ ਹੁੰਦੀ ਹੈ, ਇਹ ਬਹੁਤ ਜਲਦੀ ਘਟਦੀ ਹੈ, ਬਹੁਤ ਜਲਦੀ ਬਰਨ ਹੁੰਦੀ ਹੈ। ਇਸ ਲਈ ਤੁਸੀਂ ਅਲੱਗ ਅਲੱਗ ਟਾਰਗੇਟ ਨਹੀਂ ਕਰਨਾ ਦੋਵਾਂ ਤਰ੍ਹਾਂ ਦੀ ਫੈਟ ਨੂੰ, ਤੁਸੀਂ ਬਸ ਕੁੱਲ ਫੈਟ ਘਟਾਉਣ ਦੀ ਕੋਸ਼ਿਸ਼ ਕਰਨੀ ਹੈ। ਕੈਲਰੀ ਡੈਫਿਸਿਟ 'ਤੇ ਰਹੋ, ਜ਼ਰੂਰਤ ਹੈ ਤਾਂ ਮਸਲ ਨੂੰ ਵੱਡੇ ਕਰੋ, ਸਟਰੈਂਥ ਗੇਨ ਕਰੋ, ਤਾਂ ਫੈਟ ਆਪਣੇ ਆਪ ਬਰਨ ਹੋਣ ਲੱਗੇਗੀ। ਸਭ ਤੋਂ ਪਹਿਲਾਂ ਅੰਦਰੂਨੀ ਫੈਟ, ਜ਼ਿਆਦਾ ਖਤਰਨਾਕ ਫੈਟ ਹੈ ਜੋ, ਉਹ ਬਰਨ ਹੋਵੇਗੀ। ਤਾਂ ਅੱਗੇ ਤੋਂ ਇਹ ਨਾ ਸੋਚੋ ਕਿ ਸਿਰਫ ਮੋਟਾਪਾ ਹੀ ਖਤਰਨਾਕ ਹੈ, ਤੁਹਾਨੂੰ ਇਹ ਗਿਆਨ ਹੋਣਾ ਚਾਹੀਦਾ ਕਿ ਅੰਦਰੂਨੀ ਮੋਟਾਪਾ ਜ਼ਿਆਦਾ ਖਤਰਨਾਕ ਹੈ। ਅਸੀਂ ਦੇਖਦੇ ਹਾਂ ਕਿ ਜੋ ਕੋਈ ਮੋਟਾ ਮਨੁੱਖ ਜੋ ਦੇਖਣ ਵਿੱਚ ਮੋਟਾ, ਤਾਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਸ ਦੀ ਜ਼ਿੰਦਗੀ ਨੂੰ ਖਤਰਾ, ਇਹ ਇੰਨਾ ਜ਼ਿਆਦਾ ਮੋਟਾ। ਪਰ ਹੋ ਸਕਦਾ ਉਸ ਇਨਸਾਨ ਨੂੰ ਖਤਰਾ ਨਾ ਹੋਵੇ, ਪਰ ਤੁਹਾਨੂੰ ਇਹ ਗੰਭੀਰ ਖਤਰਾ, ਖਤਰਨਾਕ ਰੂਪ ਧਾਰਨ ਕਰ ਚੁੱਕਾ ਹੋਵੇ। ਹੋ ਸਕਦਾ ਤੁਸੀਂ ਖੁਦ ਨੂੰ ਇਹ ਸੋਚ ਰਹੇ ਹੋਵੋ ਕਿ ਥੋੜ੍ਹਾ ਜਿਹਾ ਪੇਟ ਹੀ ਵਧਿਆ ਮੇਰਾ, ਪਰ ਤੁਸੀਂ ਅੰਦਰੂਨੀ ਮੋਟਾਪੇ ਦਾ ਸ਼ਿਕਾਰ ਹੋ ਚੁੱਕੇ ਹੋਵੋ। ਇਸ ਲਈ ਸਾਵਧਾਨ ਰਹੋ ਆਪਣੇ ਪ੍ਰਤੀ, ਆਪਣੇ ਪਰਿਵਾਰਕ ਮੈਂਬਰਾਂ ਪ੍ਰਤੀ, ਦੋਸਤਾਂ ਪ੍ਰਤੀ। ਸਭ ਨੂੰ ਇਸ ਗਿਆਨ ਬਾਰੇ ਜਾਣਕਾਰੀ ਦਿਓ, ਇਸ ਗਿਆਨ ਨੂੰ ਵੰਡੋ ਜੋ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦਿੱਤਾ। ਇਹ ਅੱਜ ਕੱਲ੍ਹ ਹਰ ਕਿਸੇ ਦੇ ਦਿਮਾਗ ਵਿੱਚ ਹੋਣਾ ਜ਼ਰੂਰੀ ਹੈ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਵੀ ਕਰ ਲੈਣਾ, ਘੰਟੀ ਵਾਲਾ ਜੋ ਬਟਨ ਆ ਉਹਨੂੰ ਦਬਾ ਕੇ ਰੱਖੋ। ਧੰਨਵਾਦ।